ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕਮ ਜੀ। ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਇਸ ਤੋਂ ਇਲਾਵਾ ਜਿੰਨੇ ਵੀ ਦੋਸਤ ਸਹਿਬਾਬ ਸਾਡੇ ਚੈਨਲ ਨੂੰ ਵੇਖ ਰਹੇ ਨੇ, ਤਮਾਮ ਦੋਸਤ ਵੀਰਾਂ ਨੂੰ ਮੇਰਾ ਦਿਲੋਂ ਸਲਾਮ ਕਬੂਲ ਹੋਵੇ। ਉਮੀਦ ਕਰਾਂਗਾ ਕਿ ਤਮਾਮ ਦੋਸਤ ਖੈਰ ਵਾਫੀਅਤ ਨਾਲ ਹੋਣਗੇ। ਅਲਹਮਦੁਲਿਲਾ, ਮੈਂ ਵੀ ਖੈਰ ਵਾਫੀਅਤ ਨਾਲ। ਬੜੀ ਦੇਰ ਤੋਂ ਬਾਅਦ, ਬੜੇ ਟਾਈਮ ਪੀਰੀਅਡ ਤੋਂ ਬਾਅਦ ਵੀਡੀਓ ਬਣਾਉਣ ਜਾ ਰਿਹਾ ਵਾਂ। ਕਾਫੀ ਸਾਰੇ ਇਸ਼ੂ ਸੀ ਜਿਹਦੀ ਵਜ੍ਹਾ ਤੋਂ ਮੈਂ ਵੀਡੀਓ ਨਹੀਂ ਸੀ ਬਣਾ ਪਾ ਰਿਹਾ। ਕੋਸ਼ਿਸ਼ ਕਰਾਂਗਾ ਕਿ ਵੀਡੀਓ ਰੈਗੂਲਰ ਬੇਸਿਸ 'ਤੇ ਬਣਾਵਾਂ ਤਾਂ ਕਿ ਦੋਸਤਾਂ ਭਰਾਵਾਂ ਨੂੰ ਉਹਦਾ ਕੋਈ ਫਾਇਦਾ ਹੋਵੇ। ਮੇਰੇ ਚੈਨਲ 'ਤੇ ਤਕਰੀਬਨ ਹਰ ਟੋਪਿਕ 'ਤੇ ਵੀਡੀਓ ਬਣ ਚੁੱਕੀ ਹੈ। ਕਬੂਤਰ ਦੀ ਸਾਂਭ ਤੋਂ ਲੈ ਕੇ ਕਬੂਤਰ ਦੀ ਬਾਜ਼ੀ 'ਚ ਪ੍ਰਵਾਸ ਤੱਕ, ਬਿਮਾਰੀਆਂ, ਕਬੂਤਰ ਦੀ ਪਰਖ, ਹਰ ਚੀਜ਼ ਦੇ ਬਾਰੇ ਤਕਰੀਬਨ ਅਸੀਂ ਵੀਡੀਓ ਬਣਾ ਕੇ ਪਾਈ ਹੋਈ ਹੈ ਆਪਣੇ ਇਸ ਚੈਨਲ 'ਤੇ। ਮੌਸਮ ਦੇ ਹਵਾਲੇ ਨਾਲ ਕੋਈ ਗੁਫ਼ਤਗੂ ਹੈ ਔਰ ਇੱਕ ਬਹੁਤ ਹੀ ਅੱਛਾ ਗਿਫਟ ਆਪਾਂ ਦੇ ਤੱਕਰ ਪਹੁੰਚਿਆ ਹੈ ਅਤੇ ਉਹ ਗਿਫਟ ਆਪਾਂ ਆਪਣੇ ਚੈਨਲ 'ਤੇ ਅਪਲੋਡ ਕਰਨਾ। ਸਪੈਸ਼ਲੀ ਉਸ ਬੰਦੇ ਨੇ ਕਿਹਾ, ਉਹਨੇ ਕਿਹਾ ਮੇਰਾ ਨਾਂ ਨਹੀਂ ਲੈਣਾ, ਲੇਕਿਨ ਇਹ ਜਿਹੜਾ ਮੋੜ ਹੈ, ਕਿਉਂਕਿ ਮੋੜ ਦਾ ਇਸ ਟਾਈਮ ਸੀਜ਼ਨ ਹੈ ਅਤੇ ਮੋੜ ਲਾਜ਼ਮੀ ਦੱਸਿਆ ਜਾਵੇ। ਮੋੜ 'ਤੇ ਆਲਰੇਡੀ ਮੈਂ ਵੀ ਦੱਸਿਆ ਅਰਜੈਂਟ ਬੇਸਿਸ ਮੋੜ ਵੀ, ਅਰਜੈਂਟ ਅਗਰ ਤੁਹਾਡੇ ਕੋਲ ਮੋੜ ਨਹੀਂ ਹੈਗਾ ਤਾਂ ਉਹ ਕਿਸ ਤਰੀਕੇ ਨਾਲ ਤੁਸੀਂ ਮੋੜ ਲਗਾਓ, ਜਾਂ ਮੋੜ ਬਣਾਉਣ ਦਾ ਤਰੀਕਾ, ਕੱਚਾ ਮੋੜ, ਪੱਕਾ ਮੋੜ, ਹਰ ਤਰ੍ਹਾਂ ਦੇ ਮੋੜ ਦੇ ਬਾਰੇ ਮੈਂ ਦੱਸਿਆ। ਲੇਕਿਨ ਉਹਨੇ ਕਿਹਾ ਜੀ ਤੁਸੀਂ ਇੱਕ ਮੋੜ ਨਹੀਂ ਦੱਸਿਆ, ਉਹ ਅਸੀਂ ਗਿਫਟ ਕਰਦੇ ਹਾਂ ਅਤੇ ਤੁਸੀਂ ਇਹ ਮੋੜ ਲਾਜ਼ਮੀ ਪਾਓ। ਇੱਕ ਤਾਂ ਇਹ ਟੋਪਿਕ ਹੈ ਮੇਰਾ, ਦੂਜਾ ਮੌਸਮ ਦੇ ਹਵਾਲੇ ਨਾਲ, ਜਿਵੇਂ ਕਿ ਮੌਸਮ ਤੁਹਾਨੂੰ ਪਤਾ ਹੈ ਕਿ ਨਮੀ ਵਾਲਾ ਮੌਸਮ ਆ ਗਿਆ, ਬਾਰਿਸ਼ਾਂ ਦਾ ਸੀਜ਼ਨ ਹੈ ਅਤੇ ਕਬੂਤਰਾਂ ਦੀਆਂ ਅੱਖਾਂ ਖਰਾਬ ਹੋ ਰਹੀਆਂ ਨੇ, ਕਬੂਤਰ ਬਿਮਾਰੀ ਦੀ ਤਰਫ ਜਾ ਰਹੇ ਨੇ। ਅਤੇ ਦੋਸਤਾਂ ਨਾਲ ਰਿਕੁਐਸਟ ਹੈ ਕਿ ਯਾਰ ਤੁਸੀਂ ਇੱਕ ਤਾਂ ਕੋਸ਼ਿਸ਼ ਕਰੋ ਕਿ ਆਪਣੇ ਖੁੱਡਿਆਂ ਦਾ ਮਾਹੌਲ ਅੱਛਾ ਰੱਖੋ, ਕੰਮ ਕਬੂਤਰ ਰੱਖੋ, ਵੈਂਟੀਲੇਸ਼ਨ ਦਾ ਪ੍ਰੋਪਰ ਇੰਤਜ਼ਾਮ ਹੋਣਾ ਚਾਹੀਦਾ, ਸਫਾਈ ਦਾ ਇੰਤਜ਼ਾਮ ਹੋਣਾ ਚਾਹੀਦਾ। ਇਹ ਅਹਤਿਆਤੀ ਤਦਾਬੀਰਜ਼ ਨੇ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ। ਬਾਕੀ ਮੌਸਮ ਦੇ ਹਵਾਲੇ ਨਾਲ ਇਹ ਵੇ ਕਿ ਤੁਸੀਂ ਕਬੂਤਰਾਂ ਨੂੰ ਜਿਹੜਾ ਲਸਣ ਹੈ ਉਹ ਦਾਣੇ 'ਚ ਮਿਕਸ ਕਰਕੇ ਪਾਓ ਜਾਂ ਪਾਣੀ ਦੇ ਵਿੱਚ ਪਾਓ, ਇਹ ਬਹੁਤ ਹੀ ਅੱਛਾ ਐਂਟੀਬਾਇਓਟਿਕ ਹੈ ਜਿਹੜਾ ਮੈਂ ਦੋਸਤਾਂ ਭਰਾਵਾਂ ਨਾਲ ਦੱਸ ਰਿਹਾ। ਅਗਰ ਕਬੂਤਰਾਂ ਦੀਆਂ ਅੱਖਾਂ ਖਰਾਬ ਹੋ ਰਹੀਆਂ ਨੇ ਤਾਂ ਟਾਈਲੋਪੀਨ ਇੰਜੈਕਸ਼ਨ ਇਸਤੇਮਾਲ ਕਰੋ, ਮਤਲਬ ਕਿ ਇਨਸੁਲਿਨ ਸਿਰਿੰਜ ਲੈ ਕੇ ਇੱਕ ਇੱਕ ਕਤਰਾ ਤੁਸੀਂ ਅੱਖ 'ਚ ਪਾਉਣਾ, ਦੋ ਕਤਰੇ ਮੂੰਹ 'ਚ ਪਾਉਣੇ ਨੇ ਅਗਰ ਅੱਖਾਂ ਖਰਾਬ ਨੇ ਤਾਂ, ਅਦਰਵਾਈਜ਼ ਕੋਈ ਜ਼ਰੂਰਤ ਨਹੀਂ ਹੈ। ਮੈਂ ਵੀ ਆਪਣੇ ਕੇਜਿਸ ਔਰ ਖੁੱਡੇ ਵਗੈਰਾ ਬਣਾਏ ਨੇ, ਪ੍ਰੋਪਰ ਵੈਂਟੀਲੇਸ਼ਨ ਦਾ ਖਿਆਲ ਰੱਖਿਆ ਹੋਇਆ, ਅਹਤਿਆਤ ਵੀ ਪ੍ਰੋਪਰ ਕਰਦਾ ਵਾਂ। ਹਰ ਦੂਜੇ ਤੀਜੇ ਦਿਨ ਜਾਂ ਚੌਥੇ ਦਿਨ ਮੈਂ ਖੁੱਡਿਆਂ ਦੀ ਸਫਾਈ ਕਰਦਾ ਵਾਂ, ਮਤਲਬ ਕਿ ਜਿਹੜੀ ਗੰਦਗੀ ਹੈ ਖੁੱਡਿਆਂ ਦੇ ਵਿੱਚ ਉਹ ਨਹੀਂ ਹੋਣ ਦਿੰਦਾ, ਕਿਉਂਕਿ ਗੰਦਗੀ ਦੀ ਵਜ੍ਹਾ ਤੋਂ ਹੀ ਕੰਮ ਖਰਾਬ ਹੁੰਦਾ। ਕਬੂਤਰਾਂ ਨੇ ਬਿੱਠਾ ਲਾਈਆਂ, ਅਸੀਂ ਕਬੂਤਰਾਂ ਨੂੰ ਦਾਣਾ ਪਾਇਆ, ਕੋਈ ਇੱਕ ਅੱਧਾ ਦਾਣਾ ਵੀ ਸਾਡਾ ਉਸ ਬਿੱਠ ਦੇ ਵਿੱਚ ਚਲਾ ਗਿਆ, ਉੱਥੋਂ ਕਬੂਤਰ ਨੇ ਚੁੱਕ ਲਿਆ ਅਤੇ ਉਹ ਕਬੂਤਰ ਬਿਮਾਰੀ ਦੀ ਤਰਫ ਚਲਾ ਜਾਂਦਾ, ਮਤਲਬ ਕਿ ਬੈਕਟੀਰੀਆ ਉਹਨੇ ਚੁੱਕ ਲਿਆ, ਬੈਕਟੀਰੀਆ ਜਿਵੇਂ ਪੇਟ 'ਚ ਜਾਏਗਾ ਉਹਨੂੰ ਖਰਾਬ ਕਰੇਗਾ। ਲਿਹਾਜ਼ਾ ਇਹਨਾਂ ਚੀਜ਼ਾਂ ਦਾ ਅਹਤਿਆਤ ਕਰੋ, ਔਰ ਅਗਰ ਤੁਸੀਂ ਲਸਣ ਨਹੀਂ ਪਾ ਸਕਦੇ ਤਾਂ ਤੁਸੀਂ ਇੱਕ ਕੰਮ ਹੋਰ ਕਰੋ ਕਿ ਫਲੈਜਲ ਸੀਰਪ ਲੈ ਲਓ, ਕਿਉਂਕਿ ਫਲੈਜਲ ਸੀਰਪ ਨੇ ਕਬੂਤਰਾਂ ਨੂੰ ਅੰਦਰ ਵਾਸ਼ ਕਰ ਦੇਣਾ ਔਰ ਉਹਨਾਂ ਨੂੰ ਬਿਮਾਰੀ ਦੀ ਤਰਫ ਨਹੀਂ ਜਾਣ ਦੇਣਾ। ਇੱਕ ਢੱਕਣ ਇੱਕ ਲੀਟਰ 'ਚ ਤੁਸੀਂ ਪਾ ਕੇ ਆਪਣੇ ਕਬੂਤਰਾਂ ਨੂੰ ਤੁਸੀਂ ਮਤਲਬ ਕਿ ਦੇ ਸਕਦੇ ਹੋ ਦਾਣੇ ਤੋਂ ਬਾਅਦ। ਇਹ ਸੀ ਮੌਸਮ ਦੇ ਹਵਾਲੇ ਨਾਲ ਕੁਝ ਅਹਿਤਿਆਤੀ ਤਦਾਬੀਰ ਔਰ ਮੌਸਮ ਦੇ ਹਿਸਾਬ ਨਾਲ ਜਿਹੜਾ ਮਾਮਲਾ ਸੀ ਤੁਹਾਨੂੰ ਦੱਸ ਰਿਹਾ ਸੀ। ਅਤੇ ਹੁਣ ਅਸੀਂ ਆਉਂਦੇ ਹਾਂ ਜੀ ਉਸ ਮੋੜ ਦੀ ਤਰਫ, ਕਿਉਂਕਿ ਬਾਜ਼ੀਆਂ ਅਜੇ ਵੀ ਚੱਲ ਰਹੀਆਂ ਨੇ, ਸੀਜ਼ਨ ਹੈ ਮੋੜ ਵਾਲਾ, ਦੂਸਰਾ ਵਾਲਾ, ਤੀਸਰਾ ਵਾਲਾ। ਅਤੇ ਜਿਹੜਾ ਆਪਾਂ ਨੂੰ ਗਿਫਟ ਮਿਲਿਆ ਇਹ ਮੈਂ ਗਿਫਟ ਦੋਸਤਾਂ ਭਰਾਵਾਂ ਨੂੰ ਦੱਸ ਰਿਹਾ। ਉਹਨਾਂ ਨੇ ਕਿਹਾ ਸਪੈਸ਼ਲੀ ਯਾਰ ਤੁਸੀਂ ਆਪਣੇ ਚੈਨਲ 'ਤੇ ਨਸ਼ਰ ਕਰੋ ਇਹਨੂੰ, ਅਤੇ ਇਹ ਆਪਣੇ ਸਪੈਸ਼ਲੀ ਆਪਣੇ ਹੀ ਚੈਨਲ 'ਤੇ ਨਸ਼ਰ ਕਰਨ ਵਾਸਤੇ ਵੀਡੀਓ ਬਣਾਉਣ ਜਾ ਰਿਹਾ ਵਾਂ। 23-24 ਚੀਜ਼ਾਂ ਦਾ ਮੋੜ ਹੈ,
ਬਾਕੀ ਇੱਕ ਰਿਐਲਿਟੀ ਤੁਹਾਨੂੰ ਦੱਸਣ ਜਾ ਰਿਹਾ ਵਾਂ, ਸ਼ਾਇਦ ਕਿਸੇ ਚੈਨਲ ਵਾਲੇ ਨੇ ਦੱਸੀ ਹੈ ਕਿ ਨਹੀਂ ਦੱਸੀ, ਅਗਰ ਤੁਹਾਡਾ ਮੋੜ ਚਾਹੇ ਸਟਰੋਂਗ ਹੈ ਜਾਂ ਨਹੀਂ ਹੈ ਲੇਕਿਨ ਤੁਹਾਨੂੰ ਮੋੜਨ ਦਾ ਤਰੀਕਾ ਅੱਛਾ ਹੈ ਨਾ, ਤੁਸੀਂ ਕਬੂਤਰ ਮੋੜ ਸਕਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਮੇਰਾ ਕਬੂਤਰ ਮੋੜ ਗਿਆ, ਤਿੰਨ ਚਾਰ ਚੀਜ਼ਾਂ ਦੇ ਨਾਲ ਵੀ ਕਬੂਤਰ ਮੋੜ ਜਾਂਦਾ। ਹੁਣ ਤਿੰਨ ਚਾਰ ਚੀਜ਼ਾਂ ਕਿਹੜੀਆਂ ਨੇ? ਦਾਰ ਚੀਨੀ ਹੈ, ਬੜੀ ਇਲਾਚੀ ਹੈ, ਠੀਕ ਹੈ, ਉਸ ਤੋਂ ਬਾਅਦ ਸੁੰਡ ਹੈ, ਉਸ ਤੋਂ ਮਲੱਠੀ ਹੈ, ਚਾਰ ਪੰਜ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਅਗਰ ਤੁਸੀਂ ਇਹਨਾਂ ਦਾ ਮੁਰੱਕਬ ਬਣਾ ਕੇ ਔਰ ਇਹਨਾਂ ਨੂੰ ਮਨੱਕੇ ਦੇ ਵਿੱਚ ਗੋਲੀਆਂ ਵਗੈਰਾ ਬਣਾ ਕੇ ਮਜੂਨ ਬਣਾ ਕੇ ਰੱਖਿਆ, ਤੁਸੀਂ ਕਬੂਤਰਾਂ ਨੂੰ ਉਹਨਾਂ ਨਾਲ ਵੀ ਮੋੜ ਸਕਦੇ ਹੋ, ਲੇਕਿਨ ਤੁਹਾਨੂੰ ਮੋੜਨ ਦੇ ਤਰੀਕੇ ਦੇ ਬਾਰੇ ਪਤਾ ਹੋਣਾ ਚਾਹੀਦਾ। ਹੁਣ ਕਈ ਦੋਸਤ ਅਹਿਬਾਬ ਜਿਹੜੇ ਸਾਡੇ ਨਵੇਂ ਸ਼ੌਕੀਨ ਨੇ ਨਹੀਂ ਪਤਾ ਲੱਗਦਾ, ਔਰ ਕਈ ਸਾਰੇ ਐਵੇਂ ਦੇ ਦੋਸਤ ਅਹਿਬਾਬ ਵੀ ਨੇ ਕਿ 24-25 ਚੀਜ਼ਾਂ ਦਾ ਮੋੜਨਾ ਹੋਵੇ ਤਾਂ ਉਹ ਕੰਮ ਨਹੀਂ ਕਰਦਾ, ਇਹ ਗੱਲ ਝੂਠ ਹੈ, ਲੇਕਿਨ ਜਿਹੜੀ ਰਿਐਲਿਟੀ ਹੈ ਉਹ ਰਿਐਲਿਟੀ ਹੈ। ਅਗਰ ਤੁਹਾਨੂੰ ਕਬੂਤਰ ਮੋੜਨ ਦਾ ਪਤਾ ਹੈ, ਤੁਹਾਨੂੰ ਕਬੂਤਰ ਦਾ ਪਤਾ ਹੈ ਕਿ ਯਾਰ ਇਹ ਮੁੜ ਗਿਆ, ਵੀ ਉਹ ਤੁਹਾਨੂੰ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨੂੰ ਮੋੜਨ ਵਾਸਤੇ ਜਿਹੜੀਆਂ ਤੁਹਾਨੂੰ ਪਤਾ ਨੇ, ਅਗਰ ਤੁਸੀਂ ਕਰ ਸਕਦੇ ਹੋ ਤਾਂ ਤੁਸੀਂ ਕਬੂਤਰ ਮੋੜ ਸਕਦੇ ਹੋ। ਫਿਰ ਕਬੂਤਰ ਨੂੰ ਤਾਕਤ ਦੇਣ ਵਾਸਤੇ ਗਾਲਾ ਵਗੈਰਾ ਹੁੰਦਾ, ਫਿਰ ਕਬੂਤਰ ਅਗਰ ਤੁਹਾਨੂੰ ਮਹਿਸੂਸ ਹੁੰਦਾ ਕਿ ਯਾਰ ਸਾਡਾ ਠੰਡਕ 'ਚ ਜਾ ਰਿਹਾ, ਤੁਹਾਨੂੰ ਗਰਮ ਕਰਨ ਵਾਸਤੇ ਕਾੜੇ ਵਗੈਰਾ ਹੁੰਦੇ ਨੇ, ਫਿਰ ਉਸ ਤੋਂ ਬਾਅਦ ਕੋਈ ਭਾਵ ਵਗੈਰਾ ਵੀ ਹੁੰਦੀ ਹੈ, ਉਹਨੂੰ ਗੱਦੀਆਂ ਵਗੈਰਾ ਵੀ ਲਾਉਣੀਆਂ ਹੁੰਦੀਆਂ ਨੇ, ਇਹ ਸਾਰੀ ਚੀਜ਼ਾਂ ਮੈਂ ਦੱਸ ਚੁੱਕਿਆ ਚੈਨਲ 'ਤੇ। ਅਗਰ ਜਿਹੜਾ ਸਾਡਾ ਕੋਈ ਨਵਾਂ ਦੋਸਤ ਹੈ ਬਾਬ ਹੈਗਾ ਇਸ ਚੈਨਲ 'ਤੇ ਆਇਆ ਅਤੇ ਉਹ ਇਹ ਵੇਖ ਸਕਦਾ, ਮੈਂ ਕੋਸ਼ਿਸ਼ ਕਰਾਂਗਾ ਡਿਸਕ੍ਰਿਪਸ਼ਨ 'ਚ ਉਹਨਾਂ ਦੇ ਵੀਡੀਓਜ਼ ਦੇ ਲਿੰਕ ਦੇ ਦੇਵਾਂ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਯਾਰ ਇਹ ਮੋੜਨਾ ਕਿਵੇਂ ਕਬੂਤਰ ਨਾ। ਖੈਰ ਆਪਾਂ ਆਪਣੇ ਟੋਪਿਕ ਤੋਂ ਹਟ ਰਹੇ ਹਾਂ, ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਟੋਪਿਕ ਤੋਂ ਹਟਾਂ, ਮੈਂ ਤੁਹਾਨੂੰ ਆਪਣੀ ਜਿਹੜੀ ਅੱਜ ਦੀ ਟੋਪਿਕ ਦੀ ਵੀਡੀਓ ਹੈ ਉਹਦੇ 'ਤੇ ਆਉਣਾ। ਇਹ 23-24 ਚੀਜ਼ਾਂ ਨੇ ਮੋੜ ਦੀਆਂ ਜਿਹੜੀਆਂ ਅਸੀਂ ਤੁਹਾਨੂੰ ਦੱਸਣੀਆਂ ਨੇ, ਅਤੇ ਤੁਸੀਂ ਲਿਖ ਲਵੋ ਔਰ ਇਹਦੇ ਬਣਾਉਣ ਦਾ ਤਰੀਕਾ ਵੀ ਦੱਸਾਂਗੇ ਕਿ ਬਣਾਉਣਾ ਕਿਵੇਂ ਹੈ। 110% ਉਹ ਕਹਿੰਦੇ ਨੇ ਇਹਦਾ ਰਿਜ਼ਲਟ ਹੈ, ਔਰ ਇਹ ਮਾੜੇ ਤੋਂ ਮਾੜਾ ਜਿਹੜਾ ਸ਼ਿਕਾਰੀ ਹੈ ਅਗਰ ਉਹ ਕਬੂਤਰ ਨੂੰ ਸਮਝਦਾ ਵੀ ਯਾਰ ਕਬੂਤਰ ਕਿਸ ਸਿਚੁਏਸ਼ਨ 'ਚ ਬੈਠਾ ਹੈ, ਮਾੜੀ ਸਿਚੁਏਸ਼ਨ 'ਚ ਹੈ ਜਾਂ ਚੰਗੀ ਸਿਚੁਏਸ਼ਨ 'ਚ ਹੈ, ਉਹਨੂੰ ਮੋੜਨ ਦਾ ਪਤਾ ਹੋਵੇ, ਉਹਨੂੰ ਦੇਣ ਦਾ ਪਤਾ ਹੋਵੇ, ਤਾਂ ਇਨਸ਼ਾਅੱਲਾ ਤਾਲਾ ਕਬੂਤਰ ਮੋੜ ਲਏਗਾ। ਪਹਿਲੀ ਚੀਜ਼ ਹੈ ਜੀ ਦਾਰਚੀਨੀ 1 ਤੋਲਾ, ਦਾਰਚੀਨੀ 1 ਤੋਲਾ। ਮੇਰਾ ਵੀਰ ਜਿਹੜੀ ਵੀ ਚੀਜ਼ਾਂ ਆਪਣੇ ਚੈਨਲ 'ਤੇ ਦੱਸੀਆਂ ਜਾਂਦੀਆਂ ਨੇ ਉਹ 1 ਨੰਬਰ ਦੱਸੀਆਂ ਜਾਂਦੀਆਂ ਨੇ, ਇਸ ਚੀਜ਼ ਦੇ ਬਾਰੇ ਆਪਾਂ ਮੁਕੰਮਲ ਤਫਸੀਲ ਲੈ ਕੇ ਮੁਕੰਮਲ ਇਹਦੇ ਬਾਰੇ ਪਤਾ ਕਰਕੇ ਫਿਰ ਹੀ ਵੀਡੀਓ ਪਾਉਣ ਜਾ ਰਹੇ ਹਾਂ, ਅਤੇ ਲਿਹਾਜ਼ਾ ਇਸ ਵੀਡੀਓ ਨੂੰ ਲਾਜ਼ਮੀ ਵੇਖਣਾ ਔਰ ਦੋਸਤਾਂ ਭਰਾਵਾਂ ਨਾਲ ਸ਼ੇਅਰ ਕਰਨਾ ਜਿਹੜੇ ਕਿ ਨਵੇਂ ਸ਼ੌਕੀਨ ਨੇ। ਅੱਛਾ ਜੀ ਲਿਖੋ ਜੀ ਦਾਰਚੀਨੀ 1 ਤੋਲਾ, ਅੰਬਾ ਹਲਦੀ 1 ਤੋਲਾ, ਸੁੰਡ 1 ਤੋਲਾ, ਬੜੀ ਇਲਾਚੀ 1 ਤੋਲਾ, ਗੁਲਾਬ ਦੀਆਂ ਫੁੱਲ ਗੁਲਾਬ ਦੇ। ਹੁਣ ਕਈ ਦੋਸਤ ਕਹਿਣਗੇ ਯਾਰ ਫੁੱਲ ਗੁਲਾਬ ਦੇ ਕਿਹੜੇ ਚਾਹੀਦੇ ਨੇ? ਵੀਰੇ ਅਗਰ ਤਾਂ ਤੁਹਾਨੂੰ ਗੁਲਾਬੀ ਕਲਰ ਦੇ ਜਿਹੜੇ ਫੁੱਲ ਨੇ ਤੁਸੀਂ ਆਪ ਲਿਆ ਕੇ ਸੁਕਾਏ ਹੋਣ, ਉਸ ਤੋਂ ਵੱਧ ਕੇ ਮਜ਼ੇ ਕੋ ਨਹੀਂ। ਲੇਕਿਨ ਅਗਰ ਤੁਹਾਨੂੰ ਪੰਸਾਰ ਤੋਂ ਲੱਭ ਨਹੀਂ ਰਿਹਾ, ਤੁਸੀਂ ਪੰਸਾਰ ਤੋਂ ਜਿਹੜੇ ਗੁਲਾਬ ਦੀ ਪੱਤੀਆਂ ਲੈਂਦੇ ਉਹ ਵੀ ਠੀਕ ਨੇ। ਮਗਾ 1 ਤੋਲਾ, ਜ਼ੀਰਾ ਸਫੈਦ 1 ਤੋਲਾ, ਲੌਂਗ 1 ਤੋਲਾ, ਜਲਬੱਤਰੀ 1 ਤੋਲਾ, ਜੈਫਰ 1 ਤੋਲਾ, ਮਲੱਠੀ 1 ਤੋਲਾ, ਮਨੱਕਾ 5 ਤੋਲੇ, ਅੰਡੇ ਦੀ ਜ਼ਰਦੀ 4 ਅਦਦ, ਸ਼ਿੰਗਰਫ 1 ਤੋਲਾ, ਕੁਚਲਾ ਮਰਿਆ ਹੋਇਆ 1 ਤੋਲਾ, ਵਰਕੀਆ ਹੜਤਾਲ 6 ਮਾਛੇ, ਵਰਕੀਆ ਹੜਤਾਲ ਵੀ ਮਰਿਆ ਹੋਵੇ, ਵਰਕ ਚਾਂਦੀ 1 ਦਸਤੀ, ਵਰਕ ਸੋਨਾ 8 ਅਦਦ। 8 ਅਦਦ ਸੋਨਾ ਜਿਵੇਂ ਮੇਰਾ ਹੱਥ ਹੈ ਨਾ ਐਡਾ ਹੋਣਾ ਚਾਹੀਦਾ, ਮਤਲਬ ਕਿ ਐਡਾ ਹੋਣਾ ਚਾਹੀਦਾ, ਛੋਟਾ ਨਾ ਹੋਵੇ। ਜ਼ਾਫਰਾਨ 3 ਮਾਸ਼ਾ, ਸ਼ਹਿਰ ਛੋਟਾ ਹਸਬੇ ਜ਼ਰੂਰਤ, ਅਰਕ ਗੁਲਾਬ ਹਸਬੇ ਜ਼ਰੂਰਤ, ਦੇਸੀ ਘੀ ਹਸਬੇ ਜ਼ਰੂਰਤ। ਇਹ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ। ਬਾਬੇ ਫੱਜੇ ਦੇ ਮੋੜ ਦੇ ਬਾਰੇ ਇਹ ਤੁਹਾਨੂੰ ਤਫਸੀਲ ਦੇ ਰਿਹਾ ਵਾਂ, ਦੁਬਾਰਾ ਵੀ ਲਿਖ ਲਵੋ, ਬਾਬੇ ਫੱਜੇ ਦਾ ਮੋੜ। ਦਾਰਚੀਨੀ 1 ਤੋਲਾ, ਅੰਬਾ ਹਲਦੀ 1 ਤੋਲਾ, ਸੁੰਡ 1 ਤੋਲਾ,
ਬੜੀ ਇਲਾਚੀ ਇੱਕ ਤੋਲਾ, ਗੁਲਾਬ ਦੀਆਂ ਪੱਤੀਆਂ ਇੱਕ ਤੋਲਾ, ਮਗਾਂ ਇੱਕ ਤੋਲਾ, ਜ਼ੀਰਾ ਸਫੈਦ ਇੱਕ ਤੋਲਾ, ਲੌਂਗ ਇੱਕ ਤੋਲਾ, ਜਲਵੱਤਰੀ ਇੱਕ ਤੋਲਾ, ਜੈਫਲ ਇੱਕ ਤੋਲਾ, ਮਲੱਠੀ ਇੱਕ ਤੋਲਾ, ਮਨੱਕਾ ਪੰਜ ਤੋਲਾ, ਅੰਡੇ ਦੀ ਜ਼ਰਦੀ ਚਾਰ ਅਦਦ, ਸ਼ਿੰਗਰਫ ਇੱਕ ਤੋਲਾ, ਕੁਚਲਾ ਮਰਿਆ ਹੋਇਆ ਇੱਕ ਤੋਲਾ, ਵਰਕੀ ਹੜਤਾਲ ਛੇ ਮਾਸ਼ੇ, ਵਰਕ ਚਾਂਦੀ ਇੱਕ ਦਸਤੀ, ਵਰਕ ਸੋਨਾ ਅੱਠ ਅਦਦ, ਜ਼ਾਫਰਾਨ ਤਿੰਨ ਮਾਸ਼ਾ, ਸ਼ਹਿਦ ਛੋਟਾ ਹਸਬੇ ਜ਼ਰੂਰਤ, ਅਰਕ ਗੁਲਾਬ ਹਸਬੇ ਜ਼ਰੂਰਤ, ਦੇਸੀ ਘੀ ਹਸਬੇ ਜ਼ਰੂਰਤ। ਇਹ ਸਾਰੀਆਂ ਚੀਜ਼ਾਂ ਸੀ। ਹੁਣ ਇਹਦੇ ਬਣਾਉਣ ਦਾ ਤਰੀਕਾਕਾਰ ਕੀ ਹੈ ਕਿ ਦਾਲ ਚੀਨੀ ਤੁਸੀਂ ਲੈਣੀ ਹੈ, ਇਹ ਇੱਕ ਤੋਲਾ ਪੀਸੀ ਹੋਈ ਲੈਣੀ ਹੈ, ਇਹ ਮੇਨ ਚੀਜ਼ ਹੈ। ਦੋ ਚੈਨਲ 'ਤੇ ਦੱਸ ਦਿੰਦੇ ਨੇ ਜੀ ਇੱਕ ਤੋਲਾ ਇਹ ਲੈ ਲਓ, ਇੱਕ ਤੋਲਾ ਇਹ ਲੈ ਲਓ, ਲੇਕਿਨ ਅੱਗੋਂ ਉਹਨਾਂ ਦਾ ਵਜ਼ਨ ਜਦੋਂ ਅਸੀਂ ਕੁੱਟਦੇ ਹਾਂ ਵਜ਼ਨ ਕੋਈ ਹੋਰ ਨਿਕਲ ਆਉਂਦਾ, ਇੱਥੇ ਆ ਕੇ ਕੰਮ ਖਰਾਬ ਹੁੰਦਾ। ਫਿਰ ਉਹ ਚੀਜ਼ ਨਹੀਂ ਬਣਦੀ ਜਿਹੜੀ ਚੀਜ਼ ਅਸੀਂ ਚਾਹੁੰਦੇ ਹਾਂ, ਜਿਹੜੀ ਚੀਜ਼ ਅਸੀਂ ਬਣਾਉਣਾ ਚਾਹੁੰਦੇ ਹਾਂ। ਹੁਣ ਦਾਲ ਚੀਨੀ ਹੈ ਇੱਕ ਤੋਲਾ, ਇਹਨੂੰ ਜਦੋਂ ਕੁੱਟਾਂਗੇ ਇਹ ਤਾਂ ਇੱਕ ਤੋਲਾ ਤਕਰੀਬਨ ਨਿਕਲ ਆਏਗੀ, ਅੰਬਾ ਹਲਦੀ ਵੀ ਨਿਕਲ ਆਏਗੀ, ਸੁੰਡ ਹੈ ਇਹ ਵੀ ਤਕਰੀਬਨ ਇਹਦੇ ਵਿੱਚੋਂ ਕੱਖ ਕੁੱਖ ਨਿਕਲਣਗੇ ਨਾ, ਅਤੇ ਇਹ ਤਕਰੀਬਨ ਤੋਲੇ ਤੋਂ ਘੱਟ ਜਾਏਗੀ। ਇਸ ਗੱਲੋਂ ਚੀਜ਼ਾਂ ਥੋੜ੍ਹੀਆਂ ਵੱਧ ਲੈ ਲੈਣੀਆਂ ਨੇ, ਪੀਸ ਕੇ ਇੱਕ ਤੋਲਾ ਹੋਵੇ, ਰਾਈਟ ਜੀ। ਇਹ ਇੱਕ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਪੀਸੀਆਂ ਹੋਈਆਂ ਤੋਲਾ ਮਲੱਠੀ ਤੱਕ ਆਪਣੀਆਂ ਨਾ, ਇਹ ਸਾਰੀਆਂ ਪੀਸ ਕੇ ਇੱਕ ਇੱਕ ਤੋਲਾ ਤੋਲ ਲੈਣੀਆਂ ਨੇ ਯਾਰ, ਇਹ ਪ੍ਰੋਪਰ ਇੱਕ ਤੋਲਾ, ਠੀਕ ਹੈ ਜੀ। ਉਸ ਤੋਂ ਬਾਅਦ ਵਿੱਚ ਤੁਸੀਂ ਮਨੱਕਾ ਪਾ ਕੇ ਇਹਦੀ ਰਗੜਾਈ ਕਰ ਦੇਣੀ ਹੈ। ਰਗੜਾਈ ਕਰਕੇ ਜਦੋਂ ਇਹ ਮਨੱਕਾ ਇਹਨਾਂ 'ਚ ਮਿਕਸ ਹੋ ਜਾਵੇ, ਅਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਵਿੱਚ ਅੰਡੇ ਦੀ ਜਰਦੀ ਪਾ ਲੈਣੀ ਹੈ ਚਾਰ ਅਦਲ, ਫਿਰ ਉਹ ਵਿੱਚ ਤੁਸੀਂ ਮਤਲਬ ਕਿ ਮਿਕਸ ਕਰ ਲੈਣਾ, ਫਿਰ ਸ਼ਿੰਗਰਾ ਪਾ ਲੈਣਾ, ਕੁਚਲਾ ਮਰਿਆ ਹੋਇਆ ਪਾ ਲੈਣਾ, ਵਰਕੀ ਹੜਤਾਲ ਪਾ ਲੈਣਾ, ਵਰਕ ਚਾਂਦੀ ਪਾ ਲੈਣੇ ਨੇ। ਪਹਿਲੇ ਤੁਸੀਂ ਬਾਕੀ ਜਿਹੜੀਆਂ ਸੁੱਕੀਆਂ ਚੀਜ਼ਾਂ ਨੇ ਉਹ ਕੁੱਟ ਕੇ ਪਾਊਡਰ ਕਰਨੀਆਂ ਨੇ, ਬਾਕੀ ਜਿਹੜੇ ਅੰਡੇ ਦੀ ਜ਼ਰਦੀ ਤੋਂ ਅੱਗੇ ਸ਼ਿੰਗਰਫ, ਕੁਚਲਾ ਮਰਿਆ ਹੋਇਆ, ਵਰਕੀ ਹੜਤਾਲ, ਵਰਕ ਚਾਂਦੀ, ਵਰਕ ਸੋਨਾ, ਜ਼ਾਫਰਾਨ ਤਿੰਨ ਮਾਸ਼ਾ, ਇਹ ਵੀ ਪਾਊਡਰ ਕਰ ਲੈਣਾ, ਲੇਕਿਨ ਪਾਉਣਾ ਬਾਅਦ 'ਚ, ਉਹਨਾਂ ਨੂੰ ਪਾਊਡਰ ਕਰਨ ਤੋਂ ਬਾਅਦ ਜਦੋਂ ਆਪਾਂ ਵਿੱਚ ਮਨੱਕਾ ਪਾ ਲੈਂਦੇ ਹਾਂ ਉਸ ਤੋਂ ਬਾਅਦ ਪਾਉਣਾ, ਰਾਈਟ। ਅੱਛਾ ਜੀ, ਉਸ ਤੋਂ ਬਾਅਦ ਤੁਸੀਂ ਜਦੋਂ ਵੇਖੋ ਯਾਰ ਕਿ ਇਹਦੇ ਵਿੱਚ ਮਿਠਾਸ ਦੀ ਕਮੀ ਹੈ, ਤੁਸੀਂ ਸ਼ਹਿਦ ਪਾ ਲੈਣਾ। ਸ਼ਹਿਦ ਤਕਰੀਬਨ ਤੁਸੀਂ ਅਗਰ ਪਾ ਲਵੋ ਦੋ ਤੋਂ ਤਿੰਨ ਤੋਲੇ ਜਾਂ ਤੋਲਾ ਡੇਢ ਤੋਲਾ ਵੀ ਪਾ ਲੈਣਾ ਤਾਂ ਬਹੁਤ ਹੈ। ਜਦੋਂ ਵਿੱਚ ਪਾਓਗੇ ਤਾਂ ਮਿਕਸਚਰ ਬਣਨਾ ਸ਼ੁਰੂ ਹੋ ਜਾਏਗਾ, ਮਜੂਨ ਬਣਨਾ ਸ਼ੁਰੂ ਹੋ ਜਾਏਗੀ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਅਰਕ ਗੁਲਾਬ ਵੀ ਪਾਉਣਾ, ਅਰਕ ਗੁਲਾਬ ਵੀ ਹਸਬੇ ਜ਼ਰੂਰਤ ਪਾਉਣਾ ਕਿ ਉਹ ਚੰਗੀ ਤਰੀਕੇ ਨਾਲ ਚੀਜ਼ਾਂ ਸਾਰੀਆਂ ਇੱਕ ਜਾਨ ਹੋ ਜਾਣ, ਮਲਾਈ ਵਰਗਾ ਕਰ ਲੈਣਾ ਤੁਸੀਂ ਇਹਨੂੰ। ਜਦੋਂ ਇਹ ਮਲਾਈ ਵਰਗਾ ਹੋ ਜਾਵੇ, ਅਗਲਾ ਕੰਮ ਹੈ ਸਾਡਾ ਦੇਸੀ ਘੀ ਦਾ, ਦੇਸੀ ਘੀ ਦਾ, ਠੀਕ ਹੈ। ਦੇਸੀ ਘੀ ਤੁਸੀਂ ਤਕਰੀਬਨ ਇੱਕ ਕੋਲੀ ਲੈਣੀ ਹੈ, ਇੱਕ ਕੋਲੀ ਤਕਰੀਬਨ, ਮੈਂ ਹਸਬੇ ਜ਼ਰੂਰਤ ਤੁਹਾਨੂੰ ਦੱਸ ਰਿਹਾ। ਉਹ ਕੋਲੀ ਲੈ ਕੇ ਤੁਸੀਂ ਇੱਕ ਐਸੇ ਬਰਤਨ ਦੇ ਵਿੱਚ ਪਾਉਣਾ ਜਿਹੜਾ ਡੂੰਘਾ ਜਿਹਾ ਹੋਵੇ, ਸਮਾਨ ਵਿੱਚ ਪਾਈਏ ਅਤੇ ਉਹ ਡਿੱਗੇ ਨਾ ਬਾਹਰ। ਉਹਨੂੰ ਚੰਗੀ ਤਰੀਕੇ ਨਾਲ ਤੁਸੀਂ ਤੜਕਾ ਲੈਣਾ, ਤੜਕਾ ਕੇ ਸਾਰਾ ਸਮਾਨ ਉਹਦੇ ਪਾ ਕੇ ਚਮਚੀ ਨਾਲ ਹੱਲ ਕਰਨਾ ਸਟਾਰਟ ਕਰ ਦੇਣਾ। ਜਦੋਂ ਚੰਗੀ ਤਰੀਕੇ ਨਾਲ ਘਿਓ ਵਿੱਚ ਜਜ਼ਬ ਹੋ ਜਾਵੇ, ਜਜ਼ਬ ਹੋਣ ਤੋਂ ਬਾਅਦ ਚਮਚੀ ਨਾਲ ਇਹਨੂੰ ਥੱਲੇ ਲੱਗਣ ਨਹੀਂ ਦੇਣਾ, ਅਤੇ ਜਦੋਂ ਘਿਓ ਮੁਕੰਮਲ ਤੌਰ 'ਤੇ ਜਜ਼ਬ ਹੋ ਗਿਆ, ਸਮਝੋ ਤੁਹਾਡਾ ਮੋੜ ਬਣ ਗਿਆ। ਇਹ ਸੀ ਬਾਬੇ ਫੱਜੇ ਦਾ ਮੋੜ ਔਰ ਬਣਾਉਣ ਦਾ ਤਰੀਕਾ। ਬਾਕੀ ਲਾਉਣ ਦਾ ਤਰੀਕਾ ਅਗਰ ਮੈਂ ਤੁਹਾਨੂੰ ਦੱਸਾਂ, ਤਾਂ ਮੇਰਾ ਵੀਰ ਕਬੂਤਰ ਦੀ ਕੰਡੀਸ਼ਨ ਦੇ ਮੁਤਾਬਕ ਆਇਆ, ਕਬੂਤਰ ਕਿਸ ਤਰੀਕੇ ਨਾਲ ਬੈਠਾ। ਹੁਣ ਕਈ ਕਬੂਤਰ ਜ਼ੋਰ ਲਾ ਕੇ ਬਹਿੰਦੇ ਨੇ, ਪਾਣੀ ਨਹੀਂ ਚਲਾਉਂਦੇ, ਉਹਨਾਂ ਨੂੰ ਤੁਸੀਂ ਇਹ ਮੋੜ ਤਕਰੀਬਨ ਕਾਲੀ ਮਿਰਚ ਦੇ ਦਾਣੇ ਜਿੰਨਾ ਪਾ ਕੇ ਦੇ ਉਹਦੇ ਪਾਣੀ 'ਚ ਪਾਓ, ਪਕਾ ਲਓ। ਪਕਾਉਣ ਤੋਂ ਬਾਅਦ 20-25 ਮਿੰਟ ਬਾਅਦ ਤੁਸੀਂ ਉਹਨੂੰ 15-20 ਮਿੰਟਾਂ ਬਾਅਦ ਤੁਸੀਂ ਉਹਨੂੰ ਨੋਕ ਲਵਾਓ, ਨੋਕ ਲਵਾਉਣ ਤੋਂ ਬਾਅਦ ਤੋਰੋ। ਜਦੋਂ ਤੱਕ ਉਹ ਮੁਕੰਮਲ ਤੌਰ ਤੋਂ ਥੱਲੋਂ ਬਹਾਲ ਨਹੀਂ ਹੋ ਜਾਂਦਾ, ਉਹਦਾ ਜਿਸਮ ਨਹੀਂ ਭਰ ਜਾਂਦਾ, ਬਿੱਠਾ ਪ੍ਰੋਪਰ ਨਹੀਂ ਮਾਰਦਾ, ਕੰਡੀਸ਼ਨ ਸੈੱਟ ਨਹੀਂ ਕਰਦਾ, ਅਸੀਂ ਅੱਗੇ ਨਹੀਂ ਤੋਰ ਸਕਦੇ ਕਿਉਂਕਿ ਉਹਦੀ ਕੰਡੀਸ਼ਨ ਖਰਾਬ ਹੈ। ਅਤੇ ਜਿਹਦੀ ਕੰਡੀਸ਼ਨ ਠੀਕ ਹੈ ਉਹਨੂੰ 2-3 ਚੁੰਝਾਂ ਲਵਾਓ,
ਦੋ ਤਿੰਨ ਚੁੰਝਾਂ ਲਵਾ ਕੇ ਇਹਦਾ ਪਾਣੀ ਪਕਾਇਆ ਹੋਇਆ, ਦੋ ਤਿੰਨ ਚੁੰਝਾਂ ਤੁਸੀਂ ਪੱਕੇ ਪਾਣੀ ਦੇ ਦੇ ਸਕਦੇ ਹੋ ਮਿਸਾਲ ਦੇ ਤੌਰ 'ਤੇ, ਜਾਂ ਇਸੇ ਮੋੜ ਦੀ ਤੁਸੀਂ ਦੇ ਸਕਦੇ ਹੋ ਇੱਕ ਕੋਲੀ 'ਚ ਪਾ ਕੇ, ਕਾਲੀ ਮਿਰਚ ਦੇ ਦਾਣੇ ਤੋਂ ਥੋੜ੍ਹਾ ਜਿਹਾ ਵੱਡਾ ਜਾਂ ਥੋੜ੍ਹਾ ਛੋਟਾ ਕਰ ਲਓ, ਉਹ ਪਾ ਕੇ ਉਹਨੂੰ ਦੋ ਤਿੰਨ ਉਬਾਲੇ ਕਰਾ ਲਓ, ਉਬਾਲ ਕੇ ਅਤੇ ਉਸ ਮੋੜ ਦੀਆਂ ਤੁਸੀਂ ਦੋ ਤਿੰਨ ਚੁੰਝਾਂ ਲਵਾ ਲਓ, ਜਦੋਂ ਥੋੜ੍ਹੀ ਜਿਹੀ ਹਿੰਮਤ ਪਕੜ ਜਾਵੇ, ਹਿੰਮਤ ਆਲਰੇਡੀ ਪਹਿਲੇ ਜਿਹੜਾ ਫਿੱਟ ਬੈਠਾ ਉਹਨੇ ਪਕੜੀ ਹੁੰਦੀ ਹੈ, ਤੁਸੀਂ ਉਹਨੂੰ 5 ਤੋਂ 7 ਐਮਲ ਜਾਂ 8 ਐਮਲ ਦੇ ਕੇ ਤਾਂ ਤੁਸੀਂ ਢੱਕ ਸਕਦੇ ਹੋ, ਠੀਕ ਹੈ ਜੀ। ਢੱਕਣ ਤੋਂ ਬਾਅਦ ਤੁਸੀਂ ਕੀ ਕਰੋ, ਜਦੋਂ ਉਹਨੇ ਹੁਣ 8 ਐਮਲ ਦੇਣਾ ਤਾਂ ਕਿੰਨੇ ਘੰਟੇ ਦਾ ਢੱਕ ਕੇ, ਸਮਝਦਾਰ ਜੀ, ਇੱਕ ਇਹ ਅਗਰ 10 ਐਮਲ ਦੀ ਹੈ ਤਾਂ 1 ਘੰਟੇ ਦਾ ਢੱਕ ਕੇ, 8 ਐਮਲ ਦਈਏ ਤਾਂ 45 ਮਿੰਟ ਜਾਂ 50 ਮਿੰਟ ਦਾ ਢੱਕ ਕੇ, ਉਸ ਤੋਂ ਬਾਅਦ ਉਹਨੂੰ ਕੱਢੋ, ਉਹਨੂੰ ਚੈੱਕ ਕਰੋ ਉਹਨੇ ਪਾਣੀ ਤੋਰ ਲਿਆ ਤਾਂ ਸਮਝੋ, ਅਗਰ ਉਹਦੇ ਜਿਸਮ 'ਚ ਚੀਜ਼ਾਂ ਇਹ ਚੀਜ਼ਾਂ ਉਹਦੇ ਜਿਸਮ 'ਚ ਚਲੀ ਗਈਆਂ ਨੇ, ਸਮਝ ਲਓ ਪੂਰਾ ਰਿਕਵਰ ਹੋ ਗਿਆ, ਥੱਕਾ ਥੁੱਕਾ ਲੱਥ ਗਿਆ ਉਹਦੀਆਂ। ਹੁਣ ਅੱਗੋਂ ਤੁਸੀਂ ਉਹਦੀ ਤਾਕਤ ਬਹਾਲ ਕਰਨੀ ਹੈ, ਠੀਕ ਹੈ, ਉਹ ਕਿਸ ਚੀਜ਼ ਨਾਲ ਆਉਣੀ ਹੈ, ਬਦਾਮਾਂ ਨਾਲ ਆਉਣੀ ਹੈ, ਤੁਸੀਂ ਬਦਾਮ ਪਾਣੇ ਨੇ, ਇੰਨੇ ਕੁ ਬਦਾਮ ਪਾਣੇ ਨੇ ਕਿ ਉਹ ਪ੍ਰੋਪਰ ਹਜ਼ਮ ਕਰ ਲਵੇ, ਕਿਉਂਕਿ ਸਾਰੇ ਦਿਨ ਦਾ ਉਹ ਕਬੂਤਰ ਉੱਡਿਆ ਹੁੰਦਾ, ਅਗਰ ਅਸੀਂ ਉਹਨੂੰ ਜ਼ਿਆਦਾ ਖੁਰਾਕ ਪਾਵਾਂਗੇ ਤਾਂ ਨੁਕਸਾਨ ਕਰੇਗਾ। ਅਗਰ ਆਹ ਰੂਟੀਨ ਆਹ ਰੈਡੀ ਉਹ 16 ਤੋਂ 17-18 ਬਦਾਮ ਖਿੱਚਦਾ, ਤੁਸੀਂ ਉਹਨੂੰ 10 ਕੁ ਬਦਾਮ ਪਾ ਲਓ, ਲੇਕਿਨ ਅੱਛੇ ਕੱਟੇ ਹੋਣ, ਸਾਫ਼ ਸੁਥਰੇ ਕੱਟੇ ਹੋਣ, ਔਰ ਉਹਨਾਂ ਦੇ ਸਾਈਜ਼ ਵੀ ਇੱਕ ਜੈਸੇ ਹੋਣ, ਤਾਂ ਕਿ ਸੁਬਾਹ ਵੀ ਤੁਸੀਂ ਦੇ ਕੇ ਛੱਡਣਾ ਉਹਨੂੰ, ਠੀਕ ਹੈ ਜੀ। ਉਹ 10 ਕੁ ਬਦਾਮ ਦੇ ਕੇ ਉਸ ਤੋਂ ਬਾਅਦ ਤੁਸੀਂ ਉਹਨੂੰ ਗਾੜਾ ਦੇ ਕੇ, ਜਾਂ ਤੁਸੀਂ ਕੋਈ ਵੀ ਆਪਣਾ ਪ੍ਰੋਸੀਜਰ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਤਰੀਕੇ ਨਾਲ ਇਹਨੂੰ ਮੋੜ ਸਕਦੇ ਹੋ। ਇਹ ਐਸਾ ਮੋੜ ਹੈ ਕਿ ਤੁਸੀਂ ਆਪਣੇ ਤਰੀਕੇ ਨਾਲ ਮੋੜੋਗੇ ਨਾ ਤਾਂ ਇਹਦੇ ਨਾਲ ਮੁੜ ਜਾਂਦਾ, ਇਹ ਬਹੁਤ ਅੱਛਾ ਤਰੀਕਾ ਗਾ ਰਿਹਾ ਇਹਦੇ 'ਚ। ਉਹ ਹੁਣ ਪਾਣੀ ਤੁਸੀਂ ਅਗਰ ਦਿੰਦੇ ਹੋ, ਕਾੜਾ ਦਿੰਦੇ ਹੋ, ਉਸ ਤੋਂ ਕਾੜੇ ਬਦਾਮਾਂ ਤੋਂ ਬਾਅਦ ਤੁਸੀਂ ਗਾਲਾ ਵੀ ਦੇ ਸਕਦੇ ਹੋ, ਕਾੜਾ ਲਾਉਣ ਤੋਂ ਬਾਅਦ ਵੀ ਗਾਲਾ ਦੇ ਸਕਦੇ ਹੋ, ਉਸ ਤੋਂ ਬਾਅਦ 3-4 ਵਜੇ ਤੁਸੀਂ ਗੱਦੀਆਂ ਲਾ ਸਕਦੇ ਹੋ, ਕਾੜਾ ਦੇਣ ਤੋਂ ਪਹਿਲੇ ਤੁਸੀਂ ਭਾਫ਼ ਵੀ ਦੇ ਸਕਦੇ ਹੋ, ਪਤਾ ਨਹੀਂ ਹਜ਼ਾਰ ਤਰੀਕੇ ਨੇ ਮੋੜਨ ਵਾਲੇ, ਲੇਕਿਨ ਇਹ ਡਿਪੈਂਡ ਕਰਦਾ ਤੁਹਾਡੇ 'ਤੇ ਕਿ ਤੁਸੀਂ ਕਿਸ ਤਰੀਕੇ ਨਾਲ ਮੋੜਦੇ ਹੋ। ਮੌਸਮ ਦੇ ਹਿਸਾਬ ਨਾਲ ਹੀ ਮੋੜਨਾ ਪੈਂਦਾ, ਕਈ ਵਾਰੀ ਕਬੂਤਰ ਮੋੜਨ ਦਾ ਅਲੱਦਾ ਹਿਸਾਬ ਤਾਂ ਅਲੱਦਾ ਸਿਚੁਏਸ਼ਨ ਦੇ ਮੁਤਾਬਕ ਹੈ, ਲੇਕਿਨ ਤੁਸੀਂ ਸਮਝਦਾਰੀ ਦੇ ਨਾਲ ਇਹਨੂੰ ਇਸਤੇਮਾਲ ਕਰਨਾ, ਇਨਸ਼ਾ ਅੱਲਾਹ ਤੁਹਾਡੇ ਫਾਇਦੇ ਆਏਗਾ, ਤੁਸੀਂ ਬਣਾਓਗੇ, ਤੁਹਾਡੇ ਪੈਸੇ ਖਰਾਬ ਨਹੀਂ ਹੋਣਗੇ, ਤੁਹਾਡੀਆਂ ਚੀਜ਼ਾਂ ਖਰਾਬ ਨਹੀਂ ਹੋਣਗੀਆਂ, ਤੁਸੀਂ ਦੁਆ ਜ਼ਰੂਰ ਦਿਓਗੇ। ਇਹ ਮੇਰਾ ਕਹਿਣ ਨਹੀਂ ਹੈ, ਜਿਹਨੇ ਗਿਫਟ ਕੀਤਾ ਉਹਦਾ ਕਹਿਣਾ। ਉਮੀਦ ਕਰਾਂਗਾ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ, ਤੁਸੀਂ ਦੋਸਤਾਂ ਭਰਾਵਾਂ ਨਾਲ ਸ਼ੇਅਰ ਕਰੋਗੇ, ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਲੈਣਗੇ ਅਤੇ ਦੁਆਵਾਂ 'ਚ ਯਾਦ ਰੱਖਣਗੇ। ਹੁਣ ਮੈਂ ਤੁਹਾਡੇ ਤੋਂ ਜ਼ਿਆਦਾ ਚਾਹਾਂਗਾ, ਤੁਹਾਡਾ ਵੀਰ, ਤੁਹਾਡਾ ਭਰਾ ਉਸਤਾਦ ਅਲੀ ਇਮਰਾਨ, ਅਗਰ ਜ਼ਿੰਦਗੀ ਨੇ ਵਫਾ ਕੀਤੀ ਤਾਂ ਇਨਸ਼ਾ ਅੱਲਾਹ ਤਾਲਾ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਜੀ। ਵਸਲਾਮ।